ਅੰਮ੍ਰਿਤਸਰ ਦੇ ਰਣਜੀਤ ਐਵਨਿਊ ਵਿਚ ਬਜਾਜ ਲਾਈਫ ਇੰਸ਼ੋਰੈਂਸ ਕੰਪਨੀ ਨੇ ਆਪਣੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ। ਬਜਾਜ ਕੰਪਨੀ ਪਿਛਲੇ 16 ਸਾਲਾਂ ਤੋਂ ਲਾਈਫ ਇੰਸ਼ੋਰੈਂਸ ਦਾ ਕੰਮ ਕਰਦੀ ਆ ਰਹੀ ਹੈ ਅਤੇ ਅੰਮ੍ਰਿਤਸਰ ਵਿਚ ਜੋ ਸ਼ਾਖਾ ਹੈ ਉਹ ਪਿਛਲੇ 10 ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ ਅਤੇ ਹੁਣ ਇਸ ਕੰਪਨੀ ਨੇ ਆਪਣੀ ਇੱਕ ਹੋਰ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ ਹੈ। ਇਸ ਸ਼ਾਖਾ ਦਾ ਉਦਘਾਟਨ ਮੁੱਖ ਮਹਿਮਾਨ ਨਵੀਨ ਤ੍ਰਿਵੇਦੀ ਜੋ ਕਿ ਪ੍ਰਸਿੱਧ ਜੋਤਸ਼ੀ ਹਨ ਨੇ ਕੇਕ ਕੱਟ ਕੇ ਕੀਤਾ। ਸਰ ਮੇਰਾ ਨਾਮ ਨਵੀਨ ਤ੍ਰਿਵੇਦੀ ਹੈ ਅਤੇ ਮੈਂ ਇੱਕ ਐਸਟ੍ਰੋਲੋਜਰ ਹਾਂ। ਮੇਰੀ ਐਸਟ੍ਰੋਲੋਜੀ ਜਿਹੜੀ ਹੈ ਸਾਰੀ ਉਹ ਬੇਸਡ ਹੁੰਦੀ ਹੈ ਫਿਊਚਰ ਦੇ ਨਾਲ। ਮੇਰੇ ਪਾਸ ਹਰ ਇਨਸਾਨ ਜਿਹੜਾ ਆਪਣੇ ਫਿਊਚਰਸ ਨੂੰ ਲੈ ਕੇ ਕੁਐਰੀਜ਼ ਲੈ ਕੇ ਆਉਂਦੇ ਨੇ ਕਿ ਸਾਡਾ ਆਉਣ ਵਾਲਾ ਫਿਊਚਰ ਜਿਹੜਾ ਕੀ ਹੋਏਗਾ। ਸਰ ਦੇਖੋ, ਸਭ ਤੋਂ ਪਹਿਲੀ ਚੀਜ਼ ਹੈ ਕਿ ਜਿਸ ਆਦਮੀ ਦਾ ਪ੍ਰੈਜ਼ੈਂਟ ਅੱਛਾ ਹੈ ਉਹਦਾ ਫਿਊਚਰ ਆਪਣੇ ਆਪ ਅੱਛਾ ਹੋ ਜਾਏਗਾ। ਬਾਈ ਸੈਲਫ ਖੁਦ ਐਸਟ੍ਰੋਲੋਜਰ ਹੁੰਦੇ ਹੋਇਆਂ ਵੀ ਮੈਂ ਇੰਸ਼ੋਰੈਂਸ 'ਤੇ ਬਹੁਤ ਜ਼ਿਆਦਾ ਬਿਲੀਵ ਕਰਨਾ। ਜੋ ਲੋਕ ਮੈਨੂੰ ਮੰਨਣ ਵਾਲੇ ਨੇ, ਜੋ ਲੋਕ ਮੇਰੇ ਫਾਲੋਵਰਸ ਨੇ, ਜੋ ਲੋਕ ਮੇਰੇ ਨਾਲ ਪਿਆਰ ਕਰਦੇ ਨੇ, ਉਹਨਾਂ ਨੂੰ ਵੀ ਇੰਸ਼ੋਰੈਂਸ ਦੇ ਲਈ ਐਡਵਾਈਸ ਕਰਨਾ। ਬਿਕੋਜ਼ ਜੋ ਅੱਜ ਦੀ ਡੇਟ 'ਚ ਤੁਸੀਂ ਸੇਵ ਕਰ ਰਹੇ ਹੈ, ਜੋ ਅੱਜ ਦੀ ਡੇਟ ਦੇ ਵਿੱਚ ਤੁਸੀਂ ਬਚਾ ਰਹੇ ਹਾਂ, ਉਹ ਕੱਲ੍ਹ ਨੂੰ ਤੁਹਾਡੀ ਮੁਸਕਾਨ ਜਿਹੜੀ ਬਣ ਰਹੀ ਹੈ। ਸਰ ਬਜਾਜ ਅਲਾਇੰਸ ਦੀ ਬ੍ਰਾਂਚ ਹੈ ਔਰ ਇੰਨਾ ਕੁ ਅੱਛਾ ਇਹਨਾਂ ਦਾ ਡੀਲਅਪ ਹੈ, ਇਹਨਾਂ ਦੇ ਸਟਾਫ ਦਾ ਇਤਨਾ ਅੱਛਾ ਆਪਣੇ ਕਸਟਮਰ ਦੇ ਨਾਲ ਅਟੈਂਡਿੰਗ ਹੈ ਔਰ ਉੱਪਰ ਇਹਨਾਂ ਦੇ ਬੋਸਿਸ ਤੱਕ, ਮਤਲਬ ਮੈਂ ਬਹੁਤ ਹੀ ਪਲੀਜ਼ ਹਾਂ, ਇਹਨਾਂ ਤੋਂ ਬਹੁਤ ਹੀ ਖੁਸ਼ ਹਾਂ। ਕਸਟਮਰ ਨੂੰ ਅੰਮ੍ਰਿਤਸਰ ਦੇ ਜਾਂ ਤਕਰੀਬਨ ਤੁਹਾਡੇ ਮਾਧਿਅਮ ਨਾਲ ਜਿੰਨੇ ਵੀ ਹੋਰ ਵੀ ਸੱਜਣ ਮਿੱਤਰ ਨੇ, ਮੈਂ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਹਰ ਬੰਦੇ ਨੂੰ ਐਟਲੀਸਟ ਇੰਸ਼ੋਰੈਂਸ ਜਿਹੜੀ ਜ਼ਰੂਰ ਲੈਣੀ ਚਾਹੀਦੀ ਹੈ, ਕਿਉਂਕਿ ਆਉਣ ਵਾਲੇ ਸਮੇਂ 'ਚ ਜਦੋਂ ਰਿਸ਼ਤੇਦਾਰ ਭੈਣ ਭਰਾ ਵੀ ਸਾਥ ਛੱਡ ਜਾਂਦੇ ਨੇ, ਇੰਸ਼ੋਰੈਂਸ ਬੰਦੇ ਦੇ ਨਾਲ ਖੜਾ ਹੁੰਦਾ। ਥੈਂਕ ਯੂ ਵੈਰੀ ਮੱਚ। ਬਜਾਜ ਲਾਈਨਸ ਲਾਈਫ ਇੰਸ਼ੋਰੈਂਸ ਕੰਪਨੀ ਅੰਮ੍ਰਿਤਸਰ ਵਿੱਚ ਮੈਂ ਡੈਜ਼ਿਗਨੇਟਿਡ ਹਾਂ। ਕਸਟਮਰ ਕੋ ਯੇ ਤਾ ਕਿ ਆਪ ਲਾਈਫ ਇੰਸ਼ੋਰੈਂਸ ਮੇਂ ਇਨਵੈਸਟਿਡ ਰਹੇ ਔਰ ਲਾਈਫ ਇੰਸ਼ੋਰੈਂਸ ਆਪਕੀ ਲਾਈਫ ਕੇ ਲੀਏ ਬਣੀ ਹੋਈ ਹੈ, ਆਪਕੀ ਸਿਕਿਉਰਿਟੀਜ਼ ਹੈ, ਆਪਕੋ ਆਨੇ ਵਾਲੇ ਟਾਈਮ ਪੇ ਫਾਇਦਾ ਦੇਤੀ ਹੈ ਔਰ ਨੁਕਸਾਨ ਤੋ ਕੋਈ ਵੀ ਇਸਮੇ ਹੈ ਨਹੀਂ ਹੈ ਔਰ ਪਲੀਜ਼ ਇਨਵੈਸਟਿਡ ਰਹੇ ਔਰ ਲਾਂਗ ਟਰਮ ਇੰਸ਼ੋਰੈਂਸ ਕੇ ਸਾਥ ਜੁੜੇ ਰਹੇ। ਯਹਾਂ ਪੇ ਹਮ ਗ੍ਰਾਹਕੋ ਕੋ ਸਾਰੀ ਚੀਜ਼ੇ ਮੁਹੱਈਆ ਕਰਾਤੇ ਹੈ। ਇਸਮੇ ਹਮਾਰੇ ਪਾਸ ਲਾਈਫ ਇੰਸ਼ੋਰੈਂਸ ਹੈ, ਇਨਵੈਸਟਮੈਂਟਸ ਹੈ, ਟਰਮ ਪਲਾਨਸ ਹੈ, ਚਿਲਡਰਨਸ ਪਲਾਨ ਹੈ ਔਰ ਕਾਫੀ ਤਰ੍ਹਾਂ ਕੇ ਔਰ ਵੀ ਪਲਾਨਸ ਹੈ ਜੋ ਹਮਾਰੇ 18 ਤਰ੍ਹਾਂ ਕੇ ਪਲਾਨਸ ਹੈ ਜੋ ਯਹਾਂ ਪੇ ਹਮ ਕਰਤੇ ਹੈ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.